ਕਿਸੇ ਪਿੰਡ ਦੇ ਵਿੱਚ ਨਾ ਮਰਾਸੀ ਰਹਿੰਦਾ ਸੀ, ਉਹਨੇ ਰੋਜ਼ ਨੰਬਰਦਾਰਾਂ ਦੇ ਡੇਰੇ 'ਤੇ ਚਲ ਜਾਣਾ, ਉਹਨੂੰ ਕਹਿੰਦਾ ਨੰਬਰਦਾਰਾ ਮੈਨੂੰ ਕੋਈ ਮਾੜੀ ਮੋਟੀ ਘੋੜੀ ਦੇ ਦੇ, ਮੈਂ ਥੱਕ ਜਾਂਦਾ, ਮੈਂ ਆਉਣਾ ਜਾਣਾ ਹੁੰਦਾ। ਨੰਬਰਦਾਰ ਨੇ ਕਹਿਣਾ ਅੱਛਾ ਕੁਝ ਕਰਦੇ ਹਾਂ। ਇੱਕ ਦਿਨ ਰੱਬ ਦਾ ਕਰਨਾ, ਪੁਲਿਸ ਆ ਗਈ ਪਿੰਡ ਦੇ ਵਿੱਚ। ਉਦੋਂ ਪੁਲਿਸ ਜਿਹੜੀ ਹੈ ਘੋੜਿਆਂ 'ਤੇ ਹੁੰਦੀ ਸੀਗੀ, ਪੁਰਾਣੀ ਗੱਲ ਹੈ। ਥਾਣੇਦਾਰ ਸਾਹਿਬ ਦੀ ਘੋੜੀ ਸੂਣ ਵਾਲੀ ਸੀ, ਉਹ ਰਾਤ ਨੂੰ ਸੂਪੀ, ਉਹਨੇ ਦਿੱਤਾ ਬਛੇਰਾ। ਸਵੇਰੇ ਨਾ ਲੰਗਰ ਪਾਣੀ ਕਰਨ ਤੋਂ ਬਾਅਦ ਥਾਣੇਦਾਰ ਸਾਹਿਬ ਫਰਮਾਉਂਦੇ ਆ, ਨੰਬਰਦਾਰ ਜੀ ਕੋਈ ਬੰਦਾ ਦਿਓ ਜਿਹੜਾ ਨਾ ਬਛੇਰਾ ਅਗਲੇ ਪਿੰਡ 'ਤੇ ਪਹੁੰਚਾ ਦੇਵੇ। ਤੁਰਦਾ ਨਹੀਂ ਬੱਚਾ ਜੋ ਸੀ। ਨੰਬਰਦਾਰ ਨੇ ਦੇਖਿਆ ਮਰਾਸੀ ਅੱਖਾਂ ਮਲਦਾ ਤੁਰਾ ਹੋਵੇ। ਉਹਨੇ ਕਿਹਾ ਦਾਦਾ ਆ ਸਾਹਿਬ ਬਹਾਦਰ ਦੀ ਘੋੜੀ ਦਾ ਬਛੇਰਾ ਚੁੱਕਣਾ ਅਤੇ ਅਗਲੇ ਪਿੰਡ ਪਹੁੰਚਾ। ਉਹਨੇ ਚੁੱਕ ਲਿਆ ਮੁੰਡਿਆਂ ਦੇ ਉੱਤੇ, ਮੁੰਡਿਆਂ ਦੇ ਉੱਤੇ ਚੁੱਕ ਕੇ ਅਤੇ ਜਨਾਬ ਉਹ ਤੁਰ ਪਿਆ ਅਤੇ ਨਾਲੇ ਕਵੇ ਵਾਲ ਵਾਹ ਲੰਬਰਾ ਪੁੱਠੀਆਂ ਸਮਝਾ ਲਿਆ। ਉਹ ਮੰਗਿਆ ਤਾਂ ਸੀ ਮੈਂ ਆਪਣੇ ਬਹਿਣ ਲਈ, ਤੂੰ ਮੇਰੇ ਉੱਤੇ ਵਾਹ ਛੱਡਿਆ। ਉਹ ਅਸੀਂ ਵੀ ਜਨਾਬਾ ਕੇਅਰ ਟੇਕਰ ਹਕੂਮਤ ਆ ਗਈ, ਡੰਗ ਟਪਾਊ ਮੰਗੀ ਤਾਂ ਇਹ ਸੀ ਵੀ ਕੋਈ ਚੰਗੇ ਕੰਮ ਕਰੂਗੀ। ਇਹਨਾਂ ਨੇ ਕੀ ਕੀਤਾ, ਜਿਹੜਾ ਸੀਗਾ ਨਾ ਜੀ ਡਾਲਰ 300 ਅਤੇ ਕੱਤੀਆਂ ਦਾ ਉਹ 305 ਦਾ ਕਰਤਾ, ਅਤੇ ਜਿਹੜਾ ਸੀ ਨਾ ਪੈਟਰੋਲ ਉਹ 305 ਦਾ ਸੀ ਉਹ 300 ਕੱਤੀਆਂ ਦਾ ਕਰਤਾ। ਇਹਨੂੰ ਤਾਂ ਇਹੀ ਕਹਿ ਸਕਦੇ ਵੱਟੇ ਸੱਟੇ ਦੀ ਕੜਮਾਈ, ਗੰਜੀ ਗਈ ਅਤੇ ਕਾਣੀ ਆਈ। ਹੱਸਦੇ ਰਹੋ ਅਤੇ ਵੱਸਦੇ ਰਹੋ, ਸ਼ਾਦ ਰਹੋ ਅਤੇ ਆਬਾਦ ਰਹੋ। ਅੱਲਾਹ ਤਾਲਾ ਸਭ ਨੂੰ ਆਸਾਨੀਆਂ ਅਤਾ ਫਰਮਾਏ, ਆਸਾਨੀਆਂ ਵੰਡਣ ਦਾ ਸ਼ਰਫ ਅਤਾ ਫਰਮਾਏ। ਪਾਕਿਸਤਾਨ ਜ਼ਿੰਦਾਬਾਦ।